चल 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 कोई ना करी आ गया कोई ना जे तेरे ना गिटे तोड़े मेरे लोग आ जा तू की जानेगा मेनू नाले थोड़े घरे दसूंगा जाके मैं भी देख ली की बनता तेरे नाल सारा जमी मूह पा रखा तो ये है भले मानसा तू ए देख ला दस चल मैं आ गया तेरे गहले आ गया मैं चल बगे देखता किधर ला गया बड़ा खब्बी खाना आ खड़ा रेड़ा का घरी होगा कर दिना सारे की मैं वो आप कितने तू वो कल है दीदा तो नहीं कित वो लिकड़ पी कितने बाहर काले आ इधर है ले किवें आउंदा बोते मंग मूंह तहां चक्की पता नहीं कौन आगा सिद्धी आउंदा तुरिया सियाणा बयाणा तू माड़ा मोटा बोल बाल तो मार ला पता नहीं कहा जा बे काले काले बे आई पुत बारे पता नहीं केड़ा आ रहेगा उत्थे खड़े बोल लग रहा मारना आउंदा नहीं शर्म हैगी सियाणे बयाणे नूं वी आवाज मार ला ते चौरा मंग रही आ गया ओए लै बड़ा बशर्म बंदा इहदा मैं तां पंज कैद दी मार ले मगर नहीं आऊगा इह चल देखदे आं ਉਹਨੂੰ ਕੱਢੋ ਬਾਹਰ ਭਾਈ ਕਿੱਥੇ ਆ ਕਾਲਾ ਤੁਹਾਡਾ ਉਹਦਾ ਲਮਾ ਝੁੱਗੇ ਦਾ ਮੇਚਾ ਮੈਂ ਬੇ ਕਾਲੇ ਆਈ ਬੇ ਦਰਜੀ ਆਇਆ ਕੋਈ ਝੁੱਗੇ ਦਾ ਮੇਚਾ ਲੈਣ ਤੇਰਾ ਆਈ ਭੱਜ ਕੇ ਪੁੱਤ ਬਾਰੇ ਕੱਢੋ ਕੱਢੋ ਬਾਹਰ ਭਾਈ ਅੱਜ ਉਹਦਾ ਗਾਜ ਨਾਲ ਮੇਚਾ ਲੂ ਮੈਂ ਝੁੱਗੇ ਦਾ ਜਾ ਹੈ ਦਰਜੀ ਹੈ ਇਹ ਅੱਡੀ ਡਾਂਗ ਚੱਕੀ ਫਿਰਦਾ ਹੈ ਤਾਂ ਕਹਿੰਦਾ ਝੁੱਗੇ ਦਾ ਮੇਚਾ ਲਊਂਗਾ ਮੈਨੂੰ ਤਾਂ ਲੱਗਦਾ ਇਹ ਕੋਈ ਕਾਮਲਾ ਜੀ ਲੱਗਦਾ ਮੈਨੂੰ ਲੱਗਦਾ ਤਾਂ ਹੈ ਨਹੀਂ ਵੀ ਇਹ ਦਰਜੀ ਆ ਇਹ ਮੁੰਡੇ ਦਾ ਵੀ ਸਰੀ ਪਿਆ ਗਾ ਪਤਾ ਨਹੀਂ ਕਿਹੇ ਦਰਜੀਆਂ ਦਾ ਵੇ ਕੁੜਤੇ ਸਮਿਆਉਂਦਾ ਗਾ ਵੀ ਆਈ ਕਾਲੇ ਆ ਜਾ ਪੁੱਤ ਛੇਤੀ ਪਤਾ ਨਹੀਂ ਕਿੱਥੇ ਵੜ ਰਿਹਾ ਤੂੰ ਵੀ ਬੇਬੇ ਆ ਗਿਆ ਕਦੋਂ ਕਾਲੀ ਕਰੀ ਜਾਨੀ ਕੀ ਹੋ ਗਿਆ ਬੇ ਆ ਦਰਜੀ ਆਇਆ ਤੇਰਾ ਝੁੱਗਾ ਸਿਆਉਣ ਵਾਸਤੇ ਬੇਬੇ ਝੁੱਗਾ ਸਿਆਉਣ ਕਾ ਮੇਰਾ ਝੁੱਗਾ ਪਾੜਨ ਫਿਰਦਾ ਤਾਂ ਹੈ ਹੋਰ ਬੇਬੇ ਇਹਦਾ ਬੇਬੇ ਮੱਗਰ ਮਿਸਤਰੀ ਦਾ ਬੁੜਾ ਇਹ ਨਾ ਮੇਰੇ ਹੁੰਦੇ ਝੁੱਗਾ ਪਾੜਨ ਫਿਰਦਾ ਇਹ ਤੇਰਾ ਪਹਿਲਾਂ ਮੇਰੀ ਗੱਲ ਸੁਣ ਲੈ ਬੇਬੇ ਇਹਨਾਂ ਦੀ ਨੂੰਹ ਇਹਦੀ ਉੱਥੇ ਸਾਗ ਤੋੜਨ ਵਗੀ ਆਪਣੇ ਚੋਰੀਓਂ ਖੇਤ ਅੱਛਾ ਮੈਂ ਮਾੜੀ ਜੀ ਘੂਰਤੀ ਉਹ ਹਾਂ ਹੁਣ ਇਹ ਮੇਰੇ ਮੰਗਰਾ ਗੱਲ ਨਹੀਂ ਫਿਰਦਾ ਕਾ ਉਹ ਮੈਨੂੰ ਪਹਿਲਾਂ ਖੇਤ ਮਿਲਿਆ ਦੀ ਇਹ ਬੂਮਾ ਮਰ ਜਾ ਫਿਰ ਹੁਣ ਉਹ ਮੁੰਡਿਆ ਤੂੰ ਸਿੱਧੀ ਸਿੱਧੀ ਗੱਲ ਕਰ ਓਏ ਤੂੰ ਆ ਉਲਝਣ ਤਾਣੀ ਇਹ ਜਨਾ ਆਪਾਂ ਆਪਦੀ ਮਾਂ ਨੂੰ ਦੱਸ ਤੂੰ ਕੀ ਕਹਿ ਕੇ ਕੁੜੀ ਨੂੰ ਸਾਡੀ ਨੂੰ ਉੱਥੇ ਮਾਰ ਕੇ ਗੱਜ ਮੈਂ ਮੱਥਾ ਪਾੜ ਦੂੰ ਸਾਲੇ ਦਾ ਉਹ ਬਾਹਰ ਲਿਕੜਨ ਵਾਲੇ ਮਗਰ ਖੜਿਆ ਇਹਦੇ ਨਾ ਆਏ ਕਿਵੇਂ ਪਾੜ ਦੇਗਾ ਮੱਥਾ ਤੂੰ ਹੱਥ ਲਾ ਕੇ ਦੇਖ ਖੂਨ ਪੀ ਜੂੰਗੀ ਮੇਰੇ ਹੁੰਦੇ ਝਾਕੇ ਜਾਈ ਤੂੰ ਮੇਰਾ ਮੁੰਡਾ ਕਹਿੰਦੀ ਕਿਵੇਂ ਬੋਲਦਾ ਚਾਵਰ ਚਾਵਰਾ ਸ਼ਰਮੇ ਨਹੀਂ ਹੈਗੀ ਧੌਲ ਦਾੜੀ ਇਹਨੂੰ ਕਿਉਂ ਬੁੜਿਆ ਤੇਰਾ ਵੀ ਹੁਣ ਪਿਆ ਪੰਗਾ ਸਹੀ ਥਾਂ ਤੇ ਸਾਡੀ ਬੜੇ ਵੀ ਪੁੰਡਾ ਦੀ ਖਰਾ ਛੇੜੇ ਨੂੰ ਆ ਜਾ ਹੁਣ ਠੀਕ ਆ ਇਹੀ ਗੱਲ ਆ ਕਰ ਗੱਲ ਹੁਣ ਤੂੰ ਸਾਡੇ ਨਾਲ ਦੋਵਾਂ ਅਸੀਂ ਇੱਕ ਨਹੀਂ ਹੈਗੇ ਉਹ ਭਾਈ ਮੈਂ ਦੁੱਖ ਤੇਰੇ ਨਾਲ ਮੇਰੀ ਕੋਈ ਗੱਲ ਨਹੀਂ ਇਹਦੇ ਨਾਲ ਗੱਲ ਆ ਮੇਰੇ ਚਿਪੜੇ ਇਹਨੂੰ ਇਹਨੂੰ ਕੱਢ ਬਾਹਰ ਮੜ ਜਾ ਹਾਂ ਬੇ ਗੱਲ ਸੁਣ ਮੈਂ ਚੋਰਿਆ ਕਿਵੇਂ ਬੋਲਦਾ ਗਾ ਤੂੰ ਨਾਲ ਇਹ ਮੇਰਾ ਮੁੰਡਾ ਗਾ ਇਹਦੇ ਗਾ ਕਿਵੇਂ ਪੈ ਜਾਏਗਾ ਤੂੰ ਦੇਖ ਭਾਈ ਤੂੰ ਬੁੜੀਆਂ ਦੇ ਮੱਥੇ ਹੀ ਲੱਗਦਾ ਮੈਂ ਤੂੰ ਇਹਦੇ ਨਾਲ ਗੱਲ ਆ ਮੇਰੀ ਤੂੰ ਸੇ ਇਹਨੂੰ ਬਾਹਰ ਕੱਢ ਮੇਰੇ ਕਿ ਨੂੰ ਮੜ ਜਾ ਸਾਡੇ ਜਵਾਕ ਨੂੰ ਮੰਦਾ ਚੰਗਾ ਬੋਲਿਆ ਸਾਗ ਤੋੜਨ ਗਏ ਤੇ ਦੇਖੋ ਨਾ ਚੋਰਿਆ ਮੰਦਾ ਚੰਗਾ ਨਹੀਂ ਬੋਲੂਗਾ ਹੋਰ ਕੀ ਕਰੂਗਾ ਜਦ ਚੋਰੀਓਂ ਸਾਗ ਤੋੜਨਗੇ ਉਹ ਕੀ ਗੜੇ ਪਾਊਗਾ ਹੋਰ ਕਹਿੰਦਾ ਫੁੱਲਾਂ ਦਾ ਹਾਰ ਪਾਊਗਾ ਉਹਦਾ ਆਪੇ ਚੰਡੇਲ ਆ ਗਈ ਕਿੱਧਰੋਂ ਚੰਗੀ ਭਾਲ ਲਈ ਤਾਂ ਚੋਰੀਆਂ ਸਾਗ ਤੋੜਨ ਜਾਂਦੀ ਹੈਗੀ ਉਹ ਪੁੱਛ ਨਹੀਂ ਸਕਦੀ ਤੀ ਕਿਸੇ ਨੂੰ ਕਿਵੇਂ ਆਇਆ ਚੜਿਆ ਚੜਾਇਆ ਗੱਲਾਂ ਕੋਈ ਇਹ ਸਾਡੀ ਵੀ ਇੱਜ਼ਤ ਆ ਕੋਈ ਹੈ ਘਰੇ ਆਏ ਨੂੰ ਬੋਲਦੇ ਮੈਨੂੰ ਪੁੱਠਾ ਬੋਲਦੇ ਤੁਸੀਂ ਹੋਰ ਆ ਇੱਜ਼ਤ ਨੂੰ ਤਾਂ ਤੇਰੇ ਝੰਡੇ ਝੂਲਦੇ ਨੇ ਕਿਵੇਂ ਆਇਆ ਲਾਂਬਾ ਲੈ ਕੇ ਤੇਰੀ ਨੂੰਹ ਹੋ ਗਈ ਹੋਰ ਤਾਂ ਕਿਸੇ ਦਾ ਕੁਛ ਹੈ ਨਹੀਂ ਗਾ ਕੋਈ ਮੇਰੇ ਮੁੰਡੇ ਨੂੰ ਵੱਧ ਘੱਟ ਨਾ ਬੋਲੀ ਖਾਖਾ ਪਾੜ ਦੂੰਗੀ ਮੈਂ ਤਾਂ ਜੇ ਮੈਂ ਆਪਦੀ ਤੇ ਆ ਗਿਆ ਤੁਹਾਨੂੰ ਦੱਸਤੀ ਤੁਹਾਡੇ ਨਾਲ ਉਹ ਬਣੂ ਜਿਹੜੀ ਨਾ ਬਣੇ ਇਹਨੂੰ ਬਾਹਰ ਕੱਢਦੇ ਫਿਰ ਪਤਾ ਲੱਗ ਜੂ ਕੀੜੇ ਨੇ ਭੌਣ ਦਾ ਕੀ ਬਣਦਾ ਗੱਲ ਸੁਣ ਲੈ ਮੇਰੀ ਮਾਰ ਕੇ ਸੋਈਆਂ ਡੇਲੇ ਬਾਹਰ ਕੱਢ ਦੂੰਗੀ ਕੌਡੀ ਵਾਡੀ ਖੇਡਦੀ ਰਹੀ ਹਾਂ ਮੈਂ ਵੀ ਪਹਿਲਾਂ ਵੱਡੀ ਆਈ ਆ ਖੜਿਆਰ ਨੇ ਇਹ ਤੇਰੀ ਦੀਨੇ ਤਗਮੇ ਮੈਨੂੰ ਲਮਕਦੇ ਮੈਨੂੰ ਗੱਲ ਆ ਕੋਈ ਇਹ ਸਾਰੇ ਪਿੰਡ 'ਚ ਪਤਾ ਤੇਰੇ ਤਗਮਿਆਂ ਦਾ ਗੱਲ ਗੱਲ 'ਤੇ ਬੁੜਾ ਕਹਿੰਦੀ ਆ ਬੁੜਾ ਵੱਡੀ ਆਈ ਆ ਮਿਸ ਪੂਜਾ ਲੱਤਾਂ ਤਾਂ ਤੇਰੀਆਂ ਸੇਵਿਆਂ 'ਚ ਪਈਆਂ ਨੇ ਹਾਲੇ ਮੈਨੂੰ ਬੁੜਾ ਕਹਿੰਦੀ ਆ ਇਹ ਹੈ ਕਿੱਧਰੋਂ ਆਇਆ ਲਾ ਵੱਡਾ ਖੱਬੀ ਖਾਨ ਲੱਤਾਂ ਤੇਰੀਆਂ ਵੱਜ ਨਹੀਂ ਚੱਲਦੀਆਂ ਆਪਦੇ ਆਪ ਦਾ ਵਿੰਗੇ ਗੋਡੇ ਘੁਮਾ ਘੁਮਾ ਏ ਤੁਰਦਾ ਹੁੰਦਾ ਰੇਲ ਗੱਡੀ ਵਾਂਗੂ ਵੱਡਾ ਆ ਨੌਡੀ ਮਾਰਦਾ ਗੱਲਾਂ ਉਰੇ ਆ ਕੇ ਤੂੰ ਇਹਨੂੰ ਕੱਢ ਬਾਹਰ ਆ ਤੇ ਮੈਂ ਭੇੜ ਦੇ ਲੇਲੇ ਮੰਗੂ ਬਾਹਰ ਅੰਦਰ ਲੁਕਿਆ ਖੜਿਆ ਗੱਲ ਸੋਣਾ ਭੇੜ ਹੋਗੀ ਤੇਰੀ ਤੀਵੀਂ ਭੇੜ ਹੋਗੀ ਤੇਰੀ ਨੂੰ ਜਿਹੜੀ ਸਾਡੇ ਖੇਤਾਂ 'ਚ ਚੋਰੀਆਂ ਸਾਗ ਤੋੜਦੀ ਆ ਵੱਧ ਘੱਟ ਨਾ ਬੋਲੀ ਵੱਡੀ ਖੱਬੀ ਖਾਣਾ ਜਾਂ ਮਾਰ ਕੇ ਗਾਜ ਨਾਲੇ ਦੌਰੇ ਪੈਣ ਲਾ ਦੂੰਗਾ ਮੈਂ ਖੜ ਜਾ ਵਿੱਚ ਉਰੇ ਉਰੀ ਖੜੇ ਰਹੀ ਮੈਂ ਨਾ ਚਾ ਕੇ ਸਾਗ ਕੋਠਣਾ ਤੇਰਾ ਸਿਰ ਮੈਂ ਪਾੜ ਦਿਆਂ ਤੂੰ ਕੀ ਪਾੜੇਗਾ ਤੇਰਾ ਚਾਂਬੜੇ ਦੇ ਪੂਰੀ ਖੜੇ ਰਹੀ ਆਈ ਮੈਂ ਲਿਆਉਂ ਕੋਠਣਾ ਗੱਲਾਂ ਕੋਈ ਇਹ ਹੈ ਓਏ ਤੂੰ ਜਾਣਦੇ ਓ ਖੱਬੀ ਖਾਨ ਆ ਤੂੰ ਬਾਹਰ ਲਿਕੜ ਇਧਰ ਤੈਨੂੰ ਫੇਰ ਪਤਾ ਲੱਗੂਗਾ ਓ ਲਿਆਉਂ ਤੇਰਾ ਖਰਜਾ ਇੱਕ ਮਿੰਟ ਸਾਡੀ ਬੁੜੀ ਦੇ ਪਹਿਲਾਂ ਘੋਟਨੇ ਖਾ ਲਾ ਗੋਡਿਆਂ ਤੇ ਫਿਰ ਕਰਦੇ ਆਪਾਂ ਗੱਲ ਕੋਈ ਮੈਂ ਜਾਣਦਾ ਤੁਹਾਡੀ ਬੁੜੀ ਨੂੰ
ਸਾਡੀ ਬੁੜੀ ਤਾਂ ਇਹੋ ਜੀ ਆ ਤੇ ਪੜਕਾ ਪੜਕਾ ਕੇ ਮਾਰੇ ਤਾਂ ਵਰਗੇ ਹੁੰਦਾ ਹੈ ਓਏ ਤੂੰ ਜਾਣਦੇ ਓਏ ਜਾਣਦੇ ਆਈ ਮੜਾ ਤਾਂ ਪਿਆਈ ਮੜਾ ਆਈ ਹੁੰਦਾ ਹੈਗਾ ਆ ਗਿਆ ਮੈਂ ਮਾਰਦਾ ਖੜ ਜਾ ਕੋਈ ਨਾ ਫੇਰ ਦੇਖੂਗਾ ਤੈਨੂੰ ਮੈਂ ਤੇਰੇ बच गए सोरी ने मारे दिता तू यही खट्ट जनानी मैं कहना कोई देखनी नहीं वर्गी ਸਿਆਲ ਦਾ ਮਹੀਨਾ ਤੀ ਹੋਰ ਕਜੀਆ ਹੋ ਗਿਆ ਤੀ ਦੇਖ ਲਾ ਬਚਤ ਰਹਿ ਕੇ ਵੀ ਭੱਜ ਲਿਆ ਮਾੜਾ ਜਿਹਾ ਤੂੰ ਨਹੀਂ ਤਾਂ ਕਤੋਂ ਹੁਣ ਖੜਤਾ ਉਰੇ ਦੱਸਾਂ ਤੈਨੂੰ ਮੈਂ ਹੁਣ ਡੱਕਾ ਕਿਵੇਂ ਜਾਂਦਾ ਭੱਜਿਆ ਦੇਖ ਲਾ ਪਿਆ ਦੇ ਕੇ ਭੱਜ ਗਿਆ ਬੱਬੇ ਕਿਵੇਂ ਚੱਲ ਪੁੱਤ ਮੇਰੀ ਗੱਲ ਸੁਣ ਡਰਿਆ ਨਾ ਕਰ ਠੀਕ ਆ ਹਾਂ ਜਦੇ ਫੇਰ ਟੱਕਰੂਗਾ ਨਾ ਬੁੜਾ ਜਿਹਾ ਕਦੇ ਵੀ ਟੱਕਰ ਜੇ ਤੈਨੂੰ ਜਦ ਮੈਨੂੰ ਆਵਾਜ਼ ਮਾਰਦੀ ਨਹੀਂ ਫੜਿਆ ਲੈ ਗੋਡੇ ਥੱਲੇ ਲੈਣੀ ਇਹਨੂੰ ਬੱਬੇ ਹੁਣ ਤਾਂ ਮੁੜ ਕੇ ਮੇਰੇ ਨਾਲ ਇਹਨੇ ਪੰਗਾ ਲੈਣੀ ਨੂੰ ਦੇਖੀ ਹਾਂ ਹੁਣ ਤਾਂ ਆਪਣਾ ਤਾਂ ਇਹ ਡਰ ਗਿਆ ਬੱਬੇ ਹੁਣ ਹੀ ਪੰਗਾ ਲੈਂਦਾ ਇਹ ਤੇਰਾ ਕਹਿੰਦਾ ਬੱਬੇ ਆਪਾਂ ਨੂੰ ਹਰੇਕ ਘਰੇ ਕਮਾਂ ਦੇ ਗਏ ਹਾਂ ਲਾ ਬੋਲ ਜੇ ਮੀ ਕਮਾਲ ਕਰਦਾ ਗੱਲ ਇਹ ਬੱਬੇ ਉਹੀ ਮੁੜ ਖਾ ਲਾ ਦਾ ਤੂੰ ਹੋਰ ਨਾ ਚੰਗਾ ਪਹਿਲਾਂ ਪਤਾ ਨਹੀਂ ਕਿਹਾ ਦਿਨ ਚੜਿਆ ਸੀਗਾ ਕਿਹੜਾ ਉੱਥੇ ਲੱਗਿਆ ਸੀ ਅੱਜ ਪਹਿਲਾਂ ਉੱਥੇ ਖੇਤ ਹੋ ਮੇਰੀ ਬੇਇੱਜ਼ਤੀ ਕਰ ਗਈ ਇੰਨੀ ਉਹ ਮਗਰ ਬੜਾ ਆ ਗਿਆ ਉੱਥੇ ਉਹ ਕਰ ਗਿਆ ਬੇਇੱਜ਼ਤੀ ਮੈਂ ਉਹਨੂੰ ਕੁੱਟੂਗਾ ਲੈ ਦੇਖ ਲਾ ਨਾ ਤੇ ਤਾਂ ਫੜ ਕੇ ਉਹ ਟਾਈ ਨਹੀਂ ਕਿ ਗੁੱਤਰੀ ਫੜ ਕੇ ਕਮਾ ਦਿੰਦਾ ਸਾਲੀ ਨੂੰ ਉੱਥੇ ਬੇਬੇ ਮੈਂ ਲਿਹਾਜ਼ ਕਰ ਗਿਆ ਮਾਂ ਜਲ ਕਾਹ ਨੂੰ ਉਹ ਕੱਲ ਨੂੰ ਹੋਰ ਕੁਝ ਕਹਿ ਰਿਹਾ ਅਗਲਾ ਔਖਾ ਹੋ ਜਾਂਦਾ ਫਿਰ ਬੇ ਲਿਹਾਜ਼ ਇਹਨੇ ਤਾਂ ਲਿਹਾਜ਼ ਸਮਝੀ ਨਹੀਂ ਹੈਗੀ ਆਪਣੇ ਨਾਲ ਦੇਖ ਕਿਵੇਂ ਬੋਲਦਾ ਤੀ ਆ ਕੇ ਚੌਰਾ ਉਰੇ ਦੇਖ ਲ ਐਵੇਂ ਬੋਲਿਆ ਕਰਦਾ ਸਿਆਣਾ ਬਣਾ ਬੰਦਾ ਕਾਹ ਨੂੰ ਬੇਬੇ ਮੈਂ ਫੇਰ ਇੱਜ਼ਤ ਕਰਦੀ ਤੀ ਵੀ ਚੱਲ ਕੋਈ ਨਾ ਸਿਆਣਾ ਗਾਗਾ ਇਹ ਤਾਂ ਜੰਮੀ ਸਿਰੇ ਸਿਰ ਚੜਦਾ ਜਾਂਦਾ ਤੀ ਕਦੇ ਬੇਬੇ ਵਧੀਆ ਇਹਨੂੰ ਪਤਾ ਲੱਗ ਗਿਆ ਹੁਣ ਵੀ ਹੈਗੀ ਆ ਇਹਦੀ ਕਾਲੇ ਦੀ ਮਾਂ ਚ ਦੁਰਤ ਹੈਗੀ ਮਾੜੀ ਮੋਟੀ ਹੁਣ ਆਪਣੇ ਬਾਰ ਮੁਰਦੇ ਹੀ ਟੱਪਦਾ ਹੈਗਾ ਉਹ ਚਾਹ ਕਿਉਂ ਨਾ ਐਨੀ ਤਾਂ ਮੈਨੂੰ ਗਾਰੰਟੀ ਆ ਉਹਦੀ ਹਾਂ ਹੁਣ ਨਿਗਾ ਵੀ ਨਹੀਂ ਕਰਨੀ ਉਹਦਾ ਹੁਣ ਹਾਂ ਹੁਣ ਨਹੀਂ ਚਾਹਦਾ ਉਹ ਹੁਣ ਤਾਂ ਚਾਹ ਕਰ ਲਿਆ ਨਾਲ ਛੋਟਾ ਖੂੰਜੇ ਨਾਲ ਹੀ ਰੱਖਿਆ ਕਰੂੰਗੇ ਬੋਲਣ ਦਾ ਤਾਂ ਸਹੀ ਹਾਂ ਤੇ ਨਾ ਉਹਦਾ ਸਿਰ ਪੜਿਆ ਮੇਰੇ ਵੀ ਦਿਮਾਗ 'ਚ ਨਾ ਰੜਕੀ ਜਾਊਗਾ ਮੈਂ ਤਾਂ ਬੇਨੇ ਕੱਲਾ ਤੇ ਗਾਲੇ ਵੀ ਕੱਲਾ ਹੈ ਹਾਂ ਇਹਨੂੰ ਤਾਂ ਇਹ ਤੇ ਪੁੱਤ ਬੇਦੇ ਕਿਹੜਾ ਹੈਗਾ ਕੱਲੀ ਆ ਤਾਂ ਹਾਂ ਨਾ ਡਰੀ ਨਾ ਪੁੱਤ ਜਮੀ ਨਾ ਚੀਪੀ ਹਾਂ ਨਾ ਜੇ ਹੁਣ ਚੀਪ ਕੇ ਆਪਾਂ ਹਰੇਕ ਬੰਦਾ ਆ ਜਾ ਕਰੂਗਾ ਤਾਂ ਐ ਤਾਂ ਕਰੇ ਆ ਕੇ ਹਰੇਕ ਨੂੰ ਗਾਲਾਂ ਦੇ ਜਾ ਕਰੂਗਾ ਤਾਂ ਹਾਂ ਨਾ ਪਰ ਨਾ ਡਰੀ ਪੁੱਤ ਲੈ ਚੱਲ ਚੰਗਾ ਮੈਂ ਕਰਦੀ ਆ ਕੋਈ ਕੰਮ ਚੰਗਾ ਤੇ ਚਾਹ ਦੀ ਕੁੱਟ ਕਰ ਲਾ ਫੇਰ ਬੋਲਣੀ ਆਪਦੀ ਆ ਤਾਂ ਤੂੰ ਹਾਂ ਕੋਈ ਨਾ ਪੁੱਤ ਲੈ ਹੋਰ ਆ ਬੜਾ ਉਹ ਦੇਖੀ ਹੁਣ ਕਿਵੇਂ ਪਾਣੀ ਭਰਿਆ ਕਰੂਗਾ ਮੇਰੇ ਹੁੰਦੇ ਮੀਂਹ ਪਤੰਦਰ ਨੇ ਮੀਂਹ ਉਹ ਆਖਿਆ ਤੀ ਜਾਣ ਵਾਲੀ ਬੁੜੀ ਤੇ ਇਹੋ ਜਿਹੀ ਆ ਹਾਏ ਐਂ ਤੀ ਲੰਮਾ ਕੁੱਟ ਗਿਆ ਮਾਂਗੇ ਮੁੰਡੇ ਨੂੰ ਇਹ ਤਾਂ ਸਹੁਰੇ ਨੇ ਆਪੇ ਹੀ ਕੁੱਟਤੇ ਤੇ ਬਚ ਤਰੇਗੀ ਜੇ ਨਾ ਭਾਜਦਾ ਤੇ ਇਹਦਾ ਛਿੱਲ ਲਾਉਂਦੇ ਉੱਥੇ ਲੈ ਆ ਗਏ ਬਾਪੂ ਜੀ ਮੈਨੂੰ ਲੱਗਦਾ ਅੱਜ ਤਾਂ ਕਾਲੇ ਦੀ ਤੌਣੀ ਲਾਈ ਆਏ ਚੱਲ ਮੈਂ ਜਾ ਕੇ ਪੁੱਛਦੀ ਹਾਂ ਕੀ ਕਹਿੰਦੇ ਆ ਬਾਪੂ ਜੀ ਬਾਪੂ ਜੀ ਮਿਲ ਗਿਆ ਫਿਰ ਕਾਲਾ ਉਹ ਹਾਂ ਮਿਲਤਾ ਗਿਆ ਤੀ ਬਈ ਕੀ ਕਹਿੰਦਾ ਉਹ ਮਿਲਣਾ ਕਹਦਾ ਉਹਦਾ ਰੇੜਾ ਪਜਾ ਕੇ ਭੱਜਿਆ ਮੈਂ ਤਾਂ ਗੱਲੇ ਨਹੀਂ ਸੁਣੀ ਸਾਲੇ ਨੇ ਬਸ ਅੱਛਾ ਹਾਂ ਮੈਂ ਤਾਂ ਗੈਲ ਘਰੇ ਤੱਕ ਆਇਆ ਉਹਦੇ ਗੈਲਾ ਉਹ ਜਦੋਂ ਘਰੇ ਆਇਆ ਆ ਕੇ ਸੁਰ ਨੇ ਉਹਦੀ ਮਾਂ ਮੂਹਰੇ ਕਰਤੀ ਮੇਰੇ ਮੇਰੇ ਗਲ ਪੈ ਗਈ ਤੀ ਮੈਂ ਤਾਂ ਮਸਾਂ ਖੇੜਾ ਛਿੜਾ ਕੇ ਘਰੇ ਆਇਆ ਭੱਜ ਗਈ ਉਦੋਂ ਇਹੀ ਜਿਹੀ ਤੀਮੀ ਆ ਉਹ ਦੱਸ ਲੈ ਮੈਂ ਤਾਂ ਸੋਚਿਆ ਬਾਪੂ ਜੀ ਤੁਸੀਂ ਲੱਤਾਂ ਤੋੜ ਹੀ ਆਏ ਅੱਜ ਕਾਲੇ ਦੀਆਂ ਲੱਤਾਂ ਤਾਂ ਮੰਨ ਲਓ ਦੀ ਮੈਂ ਤਾਂ ਤੋੜਦਾ ਜੇ ਉਹ ਮੂਹਰੇ ਆਉਂਦਾ ਮੇਰੇ ਉਹਦਾ ਮਗਰ ਖੜ ਗਿਆ ਬੁੜੀ ਮੂਹਰੇ ਕਰਤੀ ਉਹਨੇ ਬੁੜੀ ਉਹਦੀ ਇਹੀ ਜਿਹੀ ਆ ਪੱਟੀਆਂ ਜੜਨ ਵਾਲੀ ਨਾ ਕਹਿਣ ਉਹ ਮੇਰੇ ਦਾੜੀ ਨੂੰ ਹੱਥ ਪਾਉਣ ਜਾਂਦੀ ਮੈਨੂੰ ਐਂ ਦੱਸ ਭਲਾ ਮੈਂ ਬੁੜੀਆਂ ਨਾਲ ਲੜਦਾ ਸੋਹਣਾ ਲੱਗਦਾ ਤੀ ਤਾਂ ਤਾਂ ਮੈਂ ਫੇਰ ਦੇਖੂਗਾ ਉਹਨੂੰ ਮੈਨੂੰ ਮਿਲਣ ਦੇ ਕਿਤੇ ਨਾ ਕਿਤੇ ਬਾਹਰ ਉਹਨੂੰ ਫੇਰ ਦੇਖੂਗਾ ਮੂੰਗੀ ਕੀ ਭਾਵ ਕਿਤੇ ਤੇਰੀ ਹਾਂ ਸਹੀ ਗੱਲ ਆ ਤੁਹਾਡੀ ਚੱਲ ਕੋਈ ਨਹੀਂ ਬਾਪੂ ਜੀ ਹੁਣ ਤੁਸੀਂ ਛੱਡੋ ਇਸ ਗੱਲ ਨੂੰ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਤੁਹਾਡੇ ਲਈ ਠੀਕ ਆ ਮਨ ਕੋਈ ਨਾ ਸੋਰੇ ਨੇ ਕੱਲਾ ਹੀ ਤਕਾ ਲਿਆ ਜਵਾਕ ਨੂੰ ਕੱਲਾ ਨਹੀਂ ਤਕਾ ਲਿਆ ਗੱਲਾਂ ਕੋਈ ਇਹ ਆ ਲਓ ਬਾਪੂ ਜੀ ਚਾਹ ਲਿਆਓ ਬਈ ਠੀਕ ਝਾੜ 'ਚ ਡੰਗਰ ਪਸ਼ੂਆਂ ਦਾ ਵੀ ਔਖਾ ਹੋਈਦਾ ਕੋਈ ਨਾ ਬਹਿ ਜੇ ਪਾਊਂਗਾ ਕੱਖ ਸੋਨੂੰ ਮੈਂ ਹਲੇ ਪਤਾ ਕੱਦੂ ਖਾਣਾ ਦਾ ਮੁੰਡਾ ਆ ਕੇ ਆ ਤੀ ਕਹਿੰਦਾ ਬਾਬੇ ਪੌੜੀ ਕਰਨੀ ਆ ਮੈਂ ਚਲੋ ਉਹਦੇ ਟੰਬੇ 'ਚ ਵੜਦਾ ਨਾ ਬੈਠਾ ਇਤਨੇ ਵਿਹਲਾ ਹੋਰ ਕੀ ਕਰੇਗਾ ਫਿਰ ਕਰੂੰਗਾ
बापू आ गया, बापू आ गया। कर बंदे का तरीका ठीक है बापू। तू ऐ दस नाले जिस नेहा तू आ गया, तू जवाक साग तोड़न बाकी मेरे जवाक साग तोड़न बाकी मेरे जवाक साग तोड़न बाकी मेरा जवाक साग तोड़न बाकी मेरे 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 जवाक साग तोड़न बाकी मे
ਤਾਂ ਕਰਕੇ ਮੇਰੇ ਤਾਂ ਸਾਰਾ ਦਿਨ ਅੱਜ ਬਸ ਗੱਲ ਨਹੀਂ ਬਣੀ ਹੈਗੀ ਕੋਈ। ਬਾਪੂ ਸਾਲੇ ਕੁੱਤੇ ਬੰਦੇ ਨੇ ਚੰਗੀ ਨਹੀਂ ਕਰੀ, ਮੈਂ ਤਾਂ ਬੰਦਾ ਵਧੀਆ ਹੋਊਗਾ, ਉਹ ਤਾਂ ਮਲੰਗ ਲਿਖੜਿਆ ਸਿਰੇ ਦਾ। ਹੋਰ ਕੋਈ ਮਲੰਗ, ਚੱਲ ਕੋਈ ਨਾ ਮਗਰ ਟੈਨਸ਼ਨ ਨਾ ਲੈ ਤੂੰ, ਉਹ ਕੀ ਜਾਣੂਗਾ ਦੇਖੀ ਮਿਸਤਰੀ ਨਾਲ ਪੰਗਾ ਲੈ ਮੈਂ, ਜੇ ਝੋਟੀਆਂ ਨਾਚ ਗਈਆਂ ਦੇਖੀ ਤੂੰ ਫਿਰ ਕੀ ਬਣਦਾ ਉਹਦੇ ਨਾਲ, ਇੱਕੀਆਂ ਦੇ ਇਕੱਤੀ ਪਾਵਾਂਗੇ ਉਹਨੂੰ। ਗੱਲ ਤਾਂ ਤੇਰੀ ਸਹੀ ਹੈ ਬਾਪੂ, ਬਾਪੂ ਬੋਲ ਕਿਵੇਂ ਗਿਆ ਹੋ, ਮੈਂ ਜਾਂਦਾ ਉਹਦਾ ਘਰ ਦਾ ਗੱਲ ਉਹਦੇ ਘਰੇ ਜਾ ਕੇ, ਨਾ ਉਹ ਮਤਲਬ ਨਾ ਦੇਖੀ ਕਿਤੇ ਪੰਗਾ ਲੈ ਲੈ, ਪੂੜੀ ਬਹੁਤ ਝੱਬੜਾ ਉਹਨਾਂ ਦੀ ਧਰਮ ਨਾਲ, ਨਾ ਰਹਿਣ ਦੇ ਬਸ ਕਰ, ਕਿਤੇ ਫਿਰ ਦੇਖ ਲਾਂਗੇ ਆਪਾਂ ਉਹਨੂੰ। ਹਾਂ ਬਾਪੂ ਮੈਨੂੰ ਲੱਗਦਾ ਵਗ ਜਾਣ ਦੇ, ਕਾਹਨੂੰ ਤੂੰ ਉਹ ਕਰਦਾ ਰਹਿ। ਨਹੀਂ 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 ਗੁੱਸਾ ਨਾ ਕਰ ਤੂੰ, ਮਾਰ ਗੁੱਸਾ ਆਉਂਦਾ ਬਾਪੂ ਜਿਵੇਂ ਦੇ ਗੱਲਾਂ ਕਰਦਾ ਉਹ, ਮਾਰ ਗੁੱਸੇ ਨੂੰ ਮਾਰ ਕੋਈ ਨਾ, ਸਹਿਜ ਪੱਕੇ ਸੋ ਮਿੱਠਾ ਹੋਏ ਉਹ ਗੱਲ ਕਹਿੰਦੇ ਨੇ, ਫਿਰ ਦੇਖਾਂਗੇ ਕੋਈ ਜਿਵੇਂ ਤੈਨੂੰ ਸਹੀ ਲੱਗਦਾ ਮੈਂ ਕਰ ਲੈਂਦੇ ਡਿੱਕੇ ਕਿਤੇ ਨਾ ਕਿਤੇ ਆਪਣੇ। ਆ ਮੇਰੀ ਗੱਲ ਸੁਣੋ ਬਾਪੂ ਜੀ, ਮੈਂ ਤਾਂ ਕਹਿੰਦੀ ਹਾਂ ਵੀ ਤੁਸੀਂ ਦੋਨੇ ਰਹੋ ਪਾਸੇ ਤੇ ਮੈਂ ਲਾਉਣੀ ਆ ਮੱਥਾ ਉਹਨਾਂ ਮਾਂ ਪੁੱਤਾਂ ਨਾਲ। ਉਹ ਨਹੀਂ ਨਹੀਂ ਰਹਿਣ ਦੇ, ਅਸੀਂ ਆਪੇ ਦੇਖ ਲਾਂਗੇ। ਉਹ ਨਹੀਂ ਮਗਰਾ ਹੋਏ ਗੱਲ ਪੱਕੀ ਆ ਕੁੜੀ ਦੀ, ਮੈਨੂੰ ਐਂ ਦੱਸ ਜਦ ਉਹਨੇ ਬੁੜੀਆਂ ਮੂਹਰੇ ਕਰਤੀ ਆਪਾਂ ਨਹੀਂ ਮੂਹਰੇ ਕਰ ਸਕਦੇ, ਹੈਂ ਤੇਰੀ ਮਾਂ ਨੂੰ ਨਾਲੇ ਇਹਨੂੰ ਕੁੜੀ ਨੂੰ ਭੇਜ ਆ, ਦੇਖ ਕਿਵੇਂ ਪੈਂਦੇ ਨੇ ਪਦੀਕੜਾਂ ਉਹਨਾਂ ਦੀਆਂ। ਹੋਰ ਹੁਣ ਦੇਖ ਲਾ ਆਪੂ ਜਿਵੇਂ ਤੈਨੂੰ ਸਹੀ। ਹਾਂ ਜਾਣ ਦੇ ਇਹਨਾਂ ਨੂੰ, ਆਪੇ ਬਣਾ ਕੇ ਹੋਣਗੀਆਂ ਰੇਲ ਉਹਨਾਂ ਦੀ। ਉਹ ਨਹੀਂ ਨਹੀਂ ਬਾਪੂ ਜੀ, ਤੁਸੀਂ ਬੇਬੇ ਨੂੰ ਰਹਿਣ ਦਿਓ, ਮੈਂ ਇਕੱਲੀ ਵਾਧੂ ਹਾਂ। ਨਾਲੇ ਮੇਰੀ ਗੱਲ ਸੁਣੋ, ਆ ਤੁਸੀਂ BSF ਵਾਲੇ ਰਹੋ ਪਾਸੇ ਤੇ ਹੁਣ ਆਰਮੀ ਨੂੰ ਜਾਣ ਦਿਓ, ਦੇਖੀ ਪਵਾਉਂਦੀ ਭਾਜੜਾਂ ਉਹਨਾਂ ਦੀਆਂ। ਬਾਪੂ ਗੱਲ ਸੁਣ, ਬੰਦਿਆਂ ਦੀ ਲੜਾਈ 'ਚ ਬੁੜਿਆਂ ਨਾਲ ਵਾੜ, ਐਵੇਂ ਕਤਲ ਹੋ ਜਾਣਗੇ ਕਤਲ। ਹੈਂ ਆਹ ਤਾਂ ਮੈਂ ਸੁਣਿਆ ਵੀ ਜੇ ਬੁੜੀਆਂ ਦੀ ਲੜਾਈ ਬੰਦਿਆਂ ਤੱਕ ਵਗ ਜੇ ਵੀ ਤਾਂ ਕਤਲ ਹੋ ਜਾਂਦੇ ਨੇ, ਪਰ ਜੇ ਬੰਦਿਆਂ ਦੀ ਲੜਾਈ ਬੁੜੀਆਂ ਤੱਕ ਵਗ ਜੇ, ਆਹ ਤਾਂ ਤੇਤੋਂ ਪਹਿਲੀ ਵਾਰ ਸੁਣਿਆ ਵੀ ਕਤਲ ਹੋ ਜਾਂਦੇ ਨੇ, ਕਮਾਲ ਦੀ ਗੱਲ ਆ। ਉਹ ਬਾਪੂ ਕਲ ਜੁਗਾ, ਹੁਣ ਹੁਣ ਤਾਂ ਕਹਾਵਤਾਂ ਸਾਰੀਆਂ ਪੁੱਠੀਆਂ ਚੱਲਦੀਆਂ ਨੇ। ਕਹਿ ਨਹੀਂ ਸਕਦੇ ਕੁਛ ਬਈ। ਕੋਈ ਨਾ ਹੋ ਲੈਣ ਦਿਓ ਜੇ ਕਤਲ ਹੁੰਦਾ, ਮੈਨੂੰ ਪਤਾ ਮੈਨੂੰ ਕਿੰਨਾ ਗਲਤ ਬੋਲਿਆ ਸੀ, ਪਰ ਮੈਂ ਕਾਲੇ ਗਿਆ ਨੂੰ ਨਾ ਛੱਡਣਾ ਨਹੀਂ ਹੈਗਾ, ਮੇਰੀ ਵੀ ਅੱਖ 'ਚ ਰੜਕਦੇ ਆ ਉਹ। ਉਹ ਨਹੀਂ ਪੁੱਤ, ਸਿਆਣੇ ਕਹਿੰਦੇ ਖੀਰ ਠੰਡੀ ਕਰਕੇ ਖਾਈਦੀ ਆ, ਹਾਲੇ ਤਾਂ ਨਾਲੇ ਉਹ ਚਕੰਨੇ ਹੋਣਗੇ, ਬਾਕੀ ਮਸਲਾ ਭਖਦੇ ਹੀ ਰੱਖਣਾ ਪੁੱਤ ਆਪਾਂ ਨੇ, ਜਿੰਨਾ ਚਿਰ ਆਪਾਂ ਚਿੱਬੜੇ ਜਿਹਨੂੰ ਕੁੱਟਦੇ ਨਹੀਂ ਹੈਗੇ। ਚਲੋ ਠੀਕ ਹੈ ਬਾਪੂ ਜੀ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਨਾਲ। ਠੀਕ ਆ ਮਤਲਬ। ਕਾਲਾ ਨਹੀਂ ਹੈਗਾ ਇਹ, ਕਹਿੰਦਾ ਕਰਨੇ ਮੈਨੂੰ ਗੱਲ ਇਹਨਾਂ ਨੂੰ ਤਾਂ ਪਹਿਲਾਂ। ਹਾਂ ਮਗਰਾ ਕੀ ਹਾਲ ਆ? ਉਹ ਮੈਂ ਤਾਂ ਠੀਕ ਹਾਂ, ਪਰ ਤੂੰ ਮੈਨੂੰ ਠੀਕ ਨਹੀਂ ਲੱਗਦਾ ਹੈਗਾ। ਕਮਾਲ ਦੀ ਗੱਲ ਯਾਰ, ਮੈਨੂੰ ਲੱਗਦਾ ਤੁਸੀਂ ਸਾਡੇ ਪਿੰਡ ਕਹਿ ਕੇ ਲੜਾਈ ਕਰਨਾ ਹੈ, ਉਹ ਤੇਰਾ ਬੁੜਾ ਸਾਡੇ ਘਰੇ ਆ ਗਿਆ ਪਰਸੋਂ ਉੱਥੇ, ਹੁਣ ਤੂੰ ਆ ਜਾ ਰਹੇ ਮੇਰੇ ਕੋਲ ਯਾਰ। ਆਇਆ ਤੇਰੀ ਧੋਖੀ ਕਰਨੇ ਨੇ ਹੁਣ ਤੇਰੀ। ਕਮਾਲ ਹੋ ਗਈ ਆ, ਬਿਨਾਂ ਗੱਲ ਤੋਂ ਗੱਲ ਪਈ ਆ ਨਵੀਂ, ਤੂੰ ਗੱਲ ਪਾਵਾਂ ਨਾ, ਤੂੰ ਬੋਲਦਾ ਕੀ ਤੀ ਨਾਲੇ ਤੂੰ? ਮੈਂ ਕੀ ਕਰੇ ਤੈਨੂੰ? ਜਵਾਕਾਂ ਨੂੰ ਕੀ ਬੋਲਦਾ ਤੀ? ਜੇ ਪੁੱਠੇ ਕੰਮ ਕਰਨਗੇ ਚੋਰੀ ਆਉਣਗੇ, ਕਹੂੰਗੇ ਨਹੀਂ ਮੈਂ ਆਉਣਾ। ਚੋਰੀ ਆਉਣਗੇ? ਤੇਰਾ ਹਜੇ ਨਾ ਮੱਥਾ ਪਿਆ ਨਹੀਂ ਗਿਆ ਚਾਹੇ ਚੰਗੇ ਮਿਸਤਰੀਆਂ ਨਾਲ, ਹੁਣ ਤੈਨੂੰ ਦੱਸਾਂਗੇ ਕੀ ਭਾਅ ਪੈਂਦੀ ਆ। ਮੇਰੇ ਕੋਲ ਇਹ ਕਹੀ ਜਾਏਗੀ, ਮੈਂ ਤੇਰਾ ਗੱਲ ਲਾ ਕੇ ਮਾਰਦਾ ਹੁਣ ਬਿਨਾਂ ਗੱਲ ਤੋਂ, ਕੀ ਭਾਅ ਪੈਂਦੀ ਨਾਲ ਹੋਰ ਪੈਂਦੇ ਕਰੀ ਜਾਂਦਾ ਤੂੰ। ਓਏ ਤੂੰ ਸ਼ੁਕਰ ਕਰ, ਉਹ ਮੈਂ ਕੇਸੀ ਨਾਲ ਲੈ ਕੇ ਆ, ਨਹੀਂ ਤੇਰੇ ਮਾਰ ਕੇ ਦੇਸੀ ਨਾ ਤੇਰੇ 32-32 ਬਾਹਰ ਮਾਰਦਾ ਕੱਢ ਕੇ। ਓ ਬਾਈ ਜੀ, ਇਹ ਤਾਂ ਬਾਹਰ ਦੰਦ ਕੱਢਣਾ ਕਰਦਾ ਬਹੁਤ ਦੂਰ ਨੇ। ਨਾ ਮੇਰੀ ਗੱਲ ਸੁਣੋ, ਉਹ ਵੱਡਿਆ ਸੂਰਮਿਆ ਘਰੇ ਕਿਵੇਂ ਬੁੜੀਆਂ ਗੱਲ ਹੁੰਦਾ ਤੀ ਜਾ ਕੇ? ਨਾ ਤੁਸੀਂ ਨਹੀਂ ਉਹਦੇ 7-3 ਵਜੇ ਬੁੜੀਆਂ ਨੂੰ ਖੇਤਾਂ 'ਚ? ਓਏ ਉਹਨੂੰ ਬੁੜੀ ਨਾ ਸਮਝ, ਉਹ ਤਾਂ ਬੰਦਿਆਂ ਦੇ ਬਰਾਬਰ ਆ। ਅੱਛਾ ਹਾਂ, ਉਹਨੂੰ ਤਾਂ ਅਸੀਂ ਅਜੇ ਖੁੱਲੀ ਨਹੀਂ ਛੱਡਿਆ, ਜਦੋਂ ਕਿਤੇ ਥਾਪੀ ਦਿੱਤੀ ਨਾ ਤੇਰੇ ਸਾਰੇ ਡੱਬੇ ਨੂੰ ਮੂਹਰੇ ਲਾ ਲੂ ਉਹ। ਇੱਦਾਂ ਟਾਈਮ ਦੱਸੋ ਬਈ, ਕਿਹੜਾ ਕਿਹਨੂੰ ਮੂਹਰੇ ਲਾਉਂਦਾ? ਚੁੱਪ ਕਰ ਘਰੇ ਮਰ ਜਾ ਉਹਦੇ ਤੋਂ। ਕੋਈ ਨੀ, ਮੈਂ ਤਾਂ ਘਰੇ ਜਾਊਂਗਾ, ਉਹ ਤਾਂ ਸ਼ੁਕਰ ਕਰ ਅਸੀਂ ਉਹਨੇ ਖੁੱਲਾ ਹੀ ਛੱਡਿਆ, ਜੇ ਕਿਤੇ ਭੇਜਤਾ ਨਾ ਬਸ ਫਿਰ ਤੁਹਾਡਾ ਖਿਆਲ ਨਹੀਂ। ਬੁੜੀ ਦੇਖੀ ਨਹੀਂ ਫਿਰਦਾ? ਸਾਡੀ ਬੁੜੀ ਪਹਿਲਾਂ ਕਬੱਡੀ ਖੇਡਦੀ ਰਹੀ ਆ। ਉਹ ਮੈਂ ਜਾਣਦਾ ਤੁਹਾਡੀ ਬੁੜੀ ਨੂੰ, ਜਾਣਦਾ ਨੂੰ ਵੱਡਾ ਆ ਕਬੱਡੀ ਆ। ਜੇ ਲੰਘ ਜਾ ਦੰਦ ਭਰਾ ਕੇ ਵਾਜੇ ਮੈਂ ਤੁਰ ਜਾ ਕੇ ਤੁਰੇ ਵਗ ਜਾ ਰੇ ਉਈ ਅੜੀ ਜਾਂਦਾ ਬਿਨਾਂ ਗੱਲ ਤੋਂ।